ਫਿਰੋਜ਼ਪੁਰ ਵਿੱਚ ਅਪਰਾਧਿਕ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਨੇ। ਘਟਨਾ ਬੇਦੀ ਕਲੋਨੀ ਫੇਸ 2 ਦੀ ਦੱਸੀ ਜਾ ਰਹੀ ਹੈ, ਜਿੱਥੇ ਗਲੀ ਵਿੱਚ ਕ੍ਰਿਕਟ ਖੇਡਣ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵੱਧ ਗਿਆ ਕਿ ਗੋਲੀ ਚੱਲ ਗਈ ਤੇ 3 ਲੋਕ ਜ਼ਖਮੀ ਹੋ ਗਏ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਘਟਨਾ ਦੀ ਜਾਂਚ ਵਿੱਚ ਜੁਟ ਗਏ ਤੇ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਕੋਈ ਨਹੀਂ, ਗੇਮ ਅਸੀਂ ਕਿਹਾ ਗੇਮ ਥੋੜ੍ਹੀ ਯਾਰ ਹਿਸਾਬ ਨਾਲ ਰੱਖੋ, ਇੱਧਰ ਇੱਥੇ ਤੱਕ ਨਾਮ ਹੁੰਦੇ ਹੋ ਆਪਣੇ ਪਿੱਛੇ ਕਿੱਥੇ ਤੁਸੀਂ ਖੇਡਦੇ ਜੇ ਕਿਤੇ ਆਪਣੇ ਇੱਥੋਂ ਦੀ ਕੋਈ ਗੱਲ ਨਹੀਂ ਵੇਖ ਲੈਂਦੇ ਕੀ ਹੋਇਆ ਫਿਰ ਕੀ ਕੀਤਾ ਦਰਮਿਆਨ ਝਗੜਾ ਹੋਇਆ, ਬਾਕੀ ਤਫਤੀਸ਼ ਕਰ ਰਹੇ ਹਾਂ। ਉਧਰੋਂ ਮੇਰਾ ਬੰਦਾ ਦਾਖਲ ਹੋਇਆ, ਇੱਧਰ ਵੀ ਆ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ, ਇਹਨਾਂ ਨੂੰ ਦਾਖਲ ਐਂਬੂਲੈਂਸ ਬੁਲਾ ਲਈ, ਦਾਖਲ ਕਰਵਾ ਕੇ ਫਿਰ ਜੋ ਜੈਸੀ ਸੂਰਤ ਵੈਸੀ ਕਾਰਵਾਈ ਕਰਾਂਗੇ। ਤੇ ਗੋਲੀ ਵੀ ਚੱਲੀ ਹੈ ਜੀ? ਦੱਸਦੇ ਪਏ, ਪੁਸ਼ਟੀ ਬਿਆਨ ਲਿਖਾਂਗੇ ਫਿਰ ਪਤਾ ਕਰਾਂਗੇ। ਸਰ ਸ਼ਰੇਆਮ ਗੋਲੀਬਾਰੀ ਹੁੰਦੀ ਆ, ਮਤਲਬ ਕਿ ਪੁਲਿਸ ਕਿੱਥੇ ਖੜੀ ਆ ਜੀ? ਮਤਲਬ ਆਏ ਦਿਨ ਮਤਲਬ ਗੋਲੀ ਚੱਲਦੀ ਆ, ਮਤਲਬ ਕਿ ਫਿਰੋਜ਼ਪੁਰ 'ਚ? ਉਸ ਤਾਂ ਵੇਖੋ ਜੀ, ਅਸੀਂ ਤਾਂ ਹਰ ਰੋਜ਼ ਹੀ ਕੋਈ ਕਿਸੇ ਨਾ ਕਿਸੇ ਨੂੰ ਫੜ ਕੇ ਲਿਆਉਣੇ ਹਰ ਰੋਜ਼ ਹੀ, ਜਦੋਂ ਵੀ ਕੋਈ ਕ੍ਰਾਈਮ ਹੁੰਦਾ ਅਸੀਂ ਤਾਂ ਪਹਿਲ ਦੇ ਆਧਾਰ 'ਤੇ 5 ਮਿੰਟਾਂ 'ਚ ਸਾਨੂੰ ਫੋਨ ਆਇਆ, 5 ਮਿੰਟ ਤੋਂ ਵੀ ਪਹਿਲਾਂ ਅਸੀਂ ਆ ਗਏ ਹਾਂ ਜੀ, ਇਸ ਤੋਂ ਫਾਸਟ ਤਾਂ ਆ ਹੀ ਨਹੀਂ ਸਕਦੇ ਜੀ। ਬਿਊਰੋ ਰਿਪੋਰਟ, ਸਫ਼ਰ ਟੀਵੀ।